ਹਫ਼ਤੇ ਦੀ ਵੱਡੀ ਖਬਰ ਇੱਕ ਭਿਆਨਕ ਹਾਦਸੇ ਨਾਲ ਜੁੜੀ ਹੋਈ ਹੈ। ਜੀ ਹਾਂ, ਇੱਕ ਪਟਾਕਾ ਫੈਕਟਰੀ 'ਚ ਵੱਡਾ ਹਾਦਸਾ ਹੋਇਆ ਹੈ, ਜਿੱਥੇ ਪਟਾਕਾ ਫੈਕਟਰੀ ਨੂੰ ਅੱਗ ਲੱਗਣ ਕਾਰਨ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ ਨੇ, ਜਿਸ ਕਾਰਨ ਚਾਰੇ ਪਾਸੇ ਧੂੰਏ ਦਾ ਗੁਬਾਰ ਉੱਡਿਆ ਅਤੇ ਅੱਗ ਦੀਆਂ ਲਪਟਾਂ ਕਈ ਮੀਟਰ ਉੱਪਰ ਤੱਕ ਉੱਠਦੀਆਂ ਨਜ਼ਰ ਆ ਰਹੀਆਂ ਨੇ। ਅੱਗ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜਦਕਿ ਕਰੀਬ 60 ਤੋਂ ਵੱਧ ਵਿਅਕਤੀ ਇਸ 'ਚ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਦਰਅਸਲ ਹਾਦਸਾ ਵਾਪਰਿਆ ਹੈ ਮੱਧ ਪ੍ਰਦੇਸ਼ ਦੇ ਹਰਦਾ ਇਲਾਕੇ 'ਚ, ਜਿੱਥੇ ਕਿ ਇੱਕ ਪਟਾਕਾ ਫੈਕਟਰੀ 'ਚ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਆਲੇ ਦੁਆਲੇ ਦੀਆਂ ਇਮਾਰਤਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ, ਜਿਸ ਕਾਰਨ ਲੋਕਾਂ 'ਚ ਹਫੜਾ ਦਫੜੀ ਮਚ ਗਈ। ਉੱਧਰ ਧਮਾਕੇ ਕਾਰਨ ਦੂਰ ਦੂਰ ਤੱਕ ਲੋਕਾਂ ਦੇ ਵਾਹਨ ਅਤੇ ਖੁਦ ਲੋਕ ਵੀ ਜ਼ਖਮੀ ਹੋ ਕੇ ਡਿੱਗਣ ਲੱਗੇ। ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਬਿਨਾਂ ਬਲਰ ਕੀਤਿਆਂ ਨਹੀਂ ਦਿਖਾਈਆਂ ਜਾ ਸਕਦੀਆਂ। ਇਹਨਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕਾਂ ਦੇ ਵਾਹਨ ਅਤੇ ਜ਼ਖਮੀ ਲੋਕ ਸੜਕਾਂ 'ਤੇ ਡਿੱਗੇ ਹੋਏ ਨੇ, ਜਿਨ੍ਹਾਂ ਨੂੰ ਕਿ ਤੁਰੰਤ ਪ੍ਰਭਾਵ ਨਾਲ ਹਸਪਤਾਲਾਂ 'ਚ ਪਹੁੰਚਾਇਆ ਜਾ ਰਿਹਾ ਹੈ। ਹਫੜਾ ਦਫੜੀ ਦੇ ਵਿਚਕਾਰ ਦੀਵਾਰਾਂ 'ਚ ਤਰੇੜਾਂ ਦਿਖਾਈ ਦਿੱਤੀਆਂ ਨੇ। ਹਸਪਤਾਲਾਂ ਵਿੱਚ ਵੀ ਭਗਦੜ ਦੀ ਸਥਿਤੀ ਬਣੀ ਹੋਈ ਹੈ। ਦੂਜੇ ਪਾਸੇ ਹਰਦਾ 'ਚ ਵਾਪਰੀ ਇਸ ਘਟਨਾ ਦਾ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਨੋਟਿਸ ਲਿਆ ਅਤੇ ਉਹਨਾਂ ਨੇ ਇਸ ਮਾਮਲੇ 'ਚ ਹੰਗਾਮੀ ਮੀਟਿੰਗ ਬੁਲਾਈ ਅਤੇ ਤੁਰੰਤ ਮੰਤਰੀਆਂ ਨੂੰ ਰਾਹਤ ਅਤੇ ਬਚਾਅ ਕਾਰਜ ਦੇਣ ਲਈ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਪੀੜਤਾਂ ਲਈ ਮੁਫ਼ਤ ਇਲਾਜ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਫੈਕਟਰੀ ਮੇਂ ਵਿਸਫੋਟ ਹੁਆ ਹੈ, ਇਸ ਵਿਸਫੋਟ ਮੇਂ ਅਭੀ ਤੱਕ ਮੇਰੀ ਜਾਣਕਾਰੀ ਮੇਂ ਲਾਇਆ ਗਿਆ ਕਿ ਲਗਭਗ 6 ਲੋਕੋਂ ਕੀ ਮ੍ਰਿਤਕ ਹੋਈ ਹੈ ਔਰ 50 ਸੇ ਜ਼ਿਆਦਾ ਲੋਕ ਇਸਮੇਂ ਘਾਇਲ ਹੋਏ ਹੈ। ਇਸ ਘਟਨਾ ਕੀ ਜਾਣਕਾਰੀ ਆਤੇ ਹਮਨੇ ਤੁਰੰਤ ਆਪਣੇ ਪ੍ਰਸ਼ਾਸਨ ਕੋ ਐਕਟਿਵ ਕਰਤੇ ਹੋਏ ਜੋ ਹੋ ਸਕਤਾ ਵੋ ਸਭ ਕਰਨੇ ਕੇ ਲੀਏ ਲਗਭਗ 50 ਸੇ ਜ਼ਿਆਦਾ ਐਂਬੂਲੈਂਸ ਹਮਨੇ ਰਵਾਨਾ ਕਰ ਦੀ ਹੈ, ਜਿਸਮੇਂ ਘਾਇਲੋ ਕੋ ਤੁਰੰਤ ਨਜ਼ਦੀਕ ਕੇ ਹਸਪਿਟਲ ਮੇਂ ਇਸਕੀ ਸੁਵਿਧਾ ਮਿਲੇ, ਬਰਨ ਯੂਨਿਟ ਚਾਲੂ ਹੋ ਜਾਏ, ਇਸ ਲਈ ਇੰਦੌਰ ਭੋਪਾਲ ਹੋਸ਼ੰਗਾਬਾਦ ਸਭੀ ਦੂਰ ਬਾਅਦ ਯੂਨਿਟ ਔਰ ਡਾਕਟਰੋ ਕੀ ਟੀਮ ਤੈਨਾਤ ਕਰ ਦੀ ਹੈ। ਸਾਥ ਹੀ ਸਾਥ ਇੱਕ ਹੈਲੀਕਾਪਟਰ ਸੇ ਮੇਰੇ ਆਪਣੇ ਕੈਬਿਨੇਟ ਮੇਂ ਜਾਣਕਾਰੀ ਆਈ ਨੇ ਸੇ ਮੰਤਰੀ ਰਾਵ ਉਦੇ ਪ੍ਰਤਾਪ ਸਿੰਘ ACS ਅਜੀਤ ਕੇਸਰੀ DG ਹੋਮ ਕੋ ਇਸ ਪਾਰਟ ਪਰ ਰਵਾਨਾ ਕੀਆ, 400 ਸੇ ਜ਼ਿਆਦਾ ਪੁਲਿਸ ਬਲ ਭੇਜਾ ਹੈ ਔਰ ਭਾਰਤ ਸਰਕਾਰ ਕੋ ਵੀ ਅਵਗਤ ਕਰਾਇਆ ਜਿਸਕੇ ਮਾਧਿਅਮ ਸੇ ਵੋ ਤੁਰੰਤ ਉਨਕੇ ਯਹਾਂ ਸੇ ਮਦਦ ਮਿਲੇ ਔਰ ਹਮ ਇਸ ਪੂਰੀ ਪ੍ਰਯਾਸ ਮੇਂ ਹੈ ਕਿ ਹਰ ਹਾਲਤ ਮੇਂ ਕਿਸੀ ਵੀ ਤਰ੍ਹਾਂ ਪਹਿਲੇ ਸਬਸੇ ਪਹਿਲੇ ਆਗ ਪੇ ਕਾਬੂ ਪਾਇਆ ਜਾ ਸਕੇ, ਜੋ ਵੀ ਘਾਇਲ ਹੈ ਉਨਕੋ ਯਥਾਯੋਗ ਮਦਦ ਮਿਲੇ। ਹਮਨੇ ਘੋਸ਼ਣਾ ਕੀ ਹੈ ਕਿ ਜੋ ਵੀ ਘਾਇਲ ਹੋਗਾ ਉਸਕਾ ਇਲਾਜ ਪੂਰਾ ਮੁਫ਼ਤ ਕੀਆ ਜਾਏਗਾ। ਜਿਨਕੇ ਘਰ ਮੇਂ ਇਹ ਘਟਨਾ ਘਟੀ ਹੈ ਜਾਂ ਜਿਨਕੀ ਮ੍ਰਿਤਯੁ ਹੋਈ ਹੈ ਉਨਕੋ ਪਰਿਵਾਰ ਕੋ ਲਗਭਗ 4 ਲੱਖ ਰੁਪਏ ਪ੍ਰਤੀ ਪਰਿਵਾਰ ਉਸਮੇਂ ਦੇਣੇ ਕੀ ਹਮਨੇ ਘੋਸ਼ਣਾ ਕੀ ਹੈ। ਸਾਥ ਹੀ ਸਾਥ ਕੋਸ਼ਿਸ਼ ਕਰ ਰਹੇ ਕਿ ਇਸਮੇਂ ਜੋ ਘਾਇਲ ਹੈ ਉਨਕੋ ਪੂਰਾ ਯਥਾਯੋਗ ਸਭ ਪ੍ਰਕਾਰ ਕਾ ਇਲਾਜ ਕਰਾਇਆ ਜਾ ਸਕੇ। ਬਾਬਾ ਮਹਾਕਾਲ ਸਭਕੇ ਕਿਰਪਾ ਕਰੇਂਗੇ, ਮੈਂ ਇਸੀ ਉਮੀਦ ਕਰਤਾ ਹੂੰ। ਜਦਭੀ ਅਬ ਘਟਨਾ ਬਹੁਤ ਭੀਸ਼ਣ ਹੈ ਔਰ ਹਮ ਪ੍ਰਯਾਸ ਕਰੇਂਗੇ ਕਿਸੀ ਹਾਲਤ ਮੇਂ ਘਟਨਾ ਕੀ ਪੁਨਰਾਵਰਤੀ ਨਹੀਂ ਹੋ ਔਰ ਇਸਮੇਂ ਇਸ ਘਟਨਾ ਕੇ ਜਾਂਚ ਕੇ ਆਦੇਸ਼ ਵੀ ਉਹਨੇ ਦੀਏ। ਹੋਮ ਸੈਕਟਰੀ ਇਸਕੀ ਜਾਂਚ ਕਰਕੇ ਪੂਰੀ ਰਿਪੋਰਟ ਮੇਰੇ ਕੋ ਦੇਣੇ ਵਾਲੇ ਹੈ। ਉਮੀਦ ਕਰਤਾ ਹੂੰ ਕਿ ਜਲਦੀ ਜਲਦੀ ਆਪ ਕਾਬੂ ਪਾਇਆ ਜਾਏਗਾ।
हम सब हिम्मत रखे, सरकार पूरी सजग है, पूरी मुस्तैदी से घटना का हम घटना के बाद इस पे जो जो प्रबंधन हो सकते हैं वो सब प्रबंधन में लगे हैं। ਤਾਂ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਕੋਈ ਵੀ ਸੂਚਨਾ ਨਹੀਂ ਮਿਲ ਸਕੀ, ਪਰ ਇਸ ਹਾਦਸੇ ਨੇ ਤਮਾਮ ਪ੍ਰਸ਼ਾਸਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਫੈਕਟਰੀ ਦੇ ਅੰਦਰੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਜਦਕਿ ਹੁਣ ਤੱਕ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਪਰ ਕਿਹਾ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਅਤੇ ਦੂਜੇ ਪਾਸੇ ਅੰਦਰੋਂ ਬਾਹਰ ਕੱਢੇ ਗਏ ਜ਼ਖਮੀ ਲੋਕਾਂ ਨੂੰ ਹਸਪਤਾਲਾਂ 'ਚ ਪਹੁੰਚਾਇਆ ਜਾ ਰਿਹਾ ਹੈ, ਪਰ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਤੋਂ ਪਹਿਲਾਂ ਬੀਤੇ ਦਿਨੀ ਹਿਮਾਚਲ ਦੇ ਬੱਦੀ 'ਚ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ, ਜਿੱਥੇ ਇੱਕ ਪਰਫਿਊਮ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ ਸੀ ਅਤੇ ਕਰੀਬ 5 ਲੋਕਾਂ ਦੀ ਮੌਤ ਹੋ ਗਈ ਸੀ। ਅਤੇ ਹੁਣ ਕਰੀਬ 2 ਦਿਨ ਬਾਅਦ ਹੀ ਇੱਕ ਵਾਰ ਮੁੜ ਤੋਂ ਪਟਾਕਾ ਫੈਕਟਰੀ 'ਚ ਅਜਿਹਾ ਹੀ ਹਾਦਸਾ ਵਾਪਰਿਆ, ਜਿੱਥੇ ਇੱਕ ਤੋਂ ਬਾਅਦ ਇੱਕ ਹੋਏ ਬਲਾਸਟਾਂ ਨੇ ਹੁਣ ਤੱਕ 6 ਲੋਕਾਂ ਦੀ ਜਾਨ ਲੈ ਲਈ ਹੈ। ਜਦਕਿ ਇਸ ਪੂਰੀ ਘਟਨਾ ਦੌਰਾਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਦਕਿ ਅੱਗ ਹਾਲੇ ਤੱਕ ਵੀ ਜਾਰੀ ਹੈ ਅਤੇ ਇਸ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਅੰਦਰ ਪਏ ਵਿਸਫੋਟਕ ਪਦਾਰਥਾਂ ਕਾਰਨ ਲਗਾਤਾਰ ਫੈਕਟਰੀ ਵਿੱਚ ਧਮਾਕੇ ਹੋ ਰਹੇ ਨੇ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।